ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਕਿ ਸਿੱਖ ਗੁਰਦੁਆਰਾ ਐਕਟ 1925 ਦੇ ਅੰਡਰ ਬਣਾਈ ਗਈ ਸੀ। ਪਹਿਲੀ ਗੱਲ ਤਾਂ ਇਹ ਕਿ ਜਿਹੜਾ ਗੁਰਦੁਆਰਾ ਐਕਟ ਹੈ 1925, ਉਹਦੇ 'ਚ ਕਿਤੇ ਵੀ ਬ੍ਰੌਡਕਾਸਟ ਜਾਂ ਲਾਈਵ ਟੈਲੀਕਾਸਟ ਨਾਮ ਦਾ ਕੋਈ ਅੱਖਰ ਹੀ ਨਹੀਂ ਲਿਖਿਆ ਹੋਇਆ। ਇਹਨਾਂ ਨੇ ਕੀ ਕੀਤਾ, ਕਿਉਂਕਿ ਉਸ ਕਮੇਟੀ 'ਤੇ ਇੱਕ ਪਰਿਵਾਰ ਦਾ ਕਬਜ਼ਾ ਚੱਲਿਆ ਆ ਰਿਹਾ, ਤਾਂ ਉਸ ਪਰਿਵਾਰ ਨੇ ਇੱਕ ਟੈਲੀਵਿਜ਼ਨ ਚੈਨਲ ਖੋਲ੍ਹ ਲਿਆ। ਹੈਗਾ ਇੱਥੇ ਹੈ ਨਹੀਂ, ਅੱਜ ਨਹੀਂ ਆਉਂਦਾ, ਅੱਜ ਨਹੀਂ ਆਉਂਦਾ। ਉਹਨਾਂ ਨੇ ਚੈਨਲ ਖੋਲ੍ਹ ਲਿਆ ਜੀ। ਉਹਨਾਂ ਨੇ ਫਿਰ ਕੀ ਕਿਹਾ ਕਿ ਕਿਉਂ ਨਾ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਕੈਸ਼ ਕੀਤਾ ਜਾਵੇ। ਗੁਰਬਾਣੀ ਨਾਲ ਭਾਵਨਾਵਾਂ ਜੁੜੀਆਂ ਹੋਈਆਂ, ਪਵਿੱਤਰ ਗੁਰਬਾਣੀ ਹੈ, ਸਰਬ ਸਾਂਝੀ ਹੈ, ਸਕੂਨ ਮਿਲਦਾ ਹੈ ਗੁਰਬਾਣੀ ਸੁਣ ਕੇ, ਘਰ 'ਚ ਗੁਰਬਾਣੀ ਚੱਲਦੀ ਹੋਵੇ ਬਰਕਤ ਆਉਂਦੀ ਹੈ। ਤਾਂ ਉਹਨਾਂ ਨੇ 2012 ਦੇ ਵਿੱਚ 11 ਸਾਲ ਵਾਸਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਜਿਹੜੀ ਗੁਰਬਾਣੀ ਆਉਂਦੀ ਹੈ ਉਹਦੇ ਪ੍ਰਸਾਰਣ ਦੇ ਅਧਿਕਾਰ ਖਰੀਦ ਲਏ। ਜੇ ਤੁਹਾਡੇ 'ਚੋਂ 11 ਸਾਲ ਪਹਿਲਾਂ ਕੋਈ ਗਿਆ ਹੋਵੇ ਉੱਥੇ ਕਿ ਮੈਂ ਵੀ ਬਿਡਰ ਹਾਂ, ਤਾਂ ਹੋ ਨਹੀਂ ਸਕਦਾ, ਕਿਉਂਕਿ ਇਕੱਲੇ ਨੂੰ ਦੇ ਤੇ ਕਹਿ ਲਓ ਜੀ। ਉਸ ਤੋਂ ਬਾਅਦ ਉਸ ਚੈਨਲ ਨੂੰ ਲਵਾਉਣਾ ਹੀ ਪੈਂਦਾ ਆਪਣੇ ਘਰ 'ਚ ਕੇਬਲ ਟੀਵੀ 'ਤੇ। ਇੱਥੇ ਵੀ ਪੂਰੀ ਦੁਨੀਆ 'ਚ ਵਸਦੀ ਜਿਹੜੀ ਸਿੱਖ ਸੰਗਤ ਹੈ ਉਹਨਾਂ ਨੂੰ ਲਵਾਉਣਾ ਪੈਂਦਾ, ਔਰ ਉਹ ਸਭ ਤੋਂ ਮਹਿੰਗਾ। ਉਹਦੇ ਨਾਲ 3-4 ਚੈਨਲ ਹੋਰ ਜੋੜ ਕੇ ਇੱਕ ਪੈਕੇਜ ਬਣਾ ਕੇ ਦਿੰਦੇ ਨੇ ਆ ਲਓ ਜੀ। ਤਾਂ ਮਾਮਲਾ ਉੱਠਿਆ ਕਿ ਫਰੀ ਟੂ ਏਅਰ ਕਿਉਂ ਨਹੀਂ ਹੈਗੀ, ਗੁਰਬਾਣੀ ਸਭ ਦੀ ਸਾਂਝੀ ਹੈ, ਮਨੁੱਖਤਾ ਦੇ ਭਲੇ ਦੀ ਹੈ, ਇਟ ਸ਼ੁੱਡ ਬੀ ਫਰੀ ਟੂ ਏਅਰ ਐਂਡ ਫਰੀ ਆਫ ਕੋਸਟ, ਕੋਈ ਪੈਸਾ ਨਹੀਂ ਲੱਗਣਾ ਚਾਹੀਦਾ ਇਹ 'ਤੇ। ਗੁਰੂ ਨਾਨਕ ਸਾਹਿਬ ਨੇ ਲਿਖੀ ਹੈ ਭਗਤਾਂ ਦੀ ਬਾਣੀਆਂ ਦੇ ਵਿੱਚ, ਗੁਰੂਆਂ ਦੀ ਜਿਹੜੀ ਸਿੱਖਿਆ ਹੈ ਉਹ ਤਾਂ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ। ਸ਼੍ਰੋਮਣੀ ਕਮੇਟੀ ਕੋਲ ਪ੍ਰਚਾਰ ਪ੍ਰਸਾਰ ਕਰਨ ਦਾ ਬਹੁਤ ਵੱਡਾ ਬਜਟ ਹੈ, ਹੋਰ ਕੀ ਕਰਦੇ ਨੇ ਇਹ। ਜਦੋਂ ਅਸੀਂ ਇਹ ਕਹਿਤਾ ਤਾਂ ਕਹਿੰਦੇ ਜੀ ਟੈਂਡਰ ਕਰਾਂਗੇ ਇਸ ਵਾਰ, ਕਿਉਂਕਿ 2023 ਐਗਰੀਮੈਂਟ ਖਤਮ ਹੋ ਰਿਹਾ ਬਾਦਲਾਂ ਦੇ ਚੈਨਲ ਨਾਲੋਂ, ਤਾਂਹੀਓ ਇਹ ਸਾਨੂੰ ਲਿਆਉਣਾ ਪੈ ਰਿਹਾ ਕਿ ਜੇ ਨਾ ਕੀਤਾ ਇਸ ਵਾਰ ਕੁਛ ਤਾਂ ਫਿਰ 10-11 ਸਾਲਾਂ ਵਾਸਤੇ ਗਹਿਣੇ ਰੱਖ ਦੇਣਾ ਉਹਨਾਂ ਨੇ ਸਾਰਾ ਕੁਛ। ਜਿਵੇਂ ਮਸੰਦਾਂ ਤੋਂ ਗੁਰਦੁਆਰੇ ਛਡਾਏ ਸੀ, ਇਹ ਮਾਡਰਨ ਮਸੰਦਾਂ ਤੋਂ ਅਸੀਂ ਪਵਿੱਤਰ ਗੁਰਬਾਣੀ ਛਡਾਉਣੀ ਹੈ। ਤਾਂ ਉਹਦੇ ਵਾਸਤੇ ਅਸੀਂ ਵਕੀਲ ਬੁਲਾਏ, ਵੱਡੇ ਵੱਡੇ ਵਕੀਲਾਂ ਨਾਲ ਸਲਾਹ ਮਸ਼ਵਰੇ ਕੀਤੇ। ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸੁਪਰੀਮ ਕੋਰਟ ਦਾ ਇੱਕ ਆਰਡਰ ਹੈ, ਸੁਪਰੀਮ ਕੋਰਟ ਦਾ ਆਰਡਰ, ਅਸੀਂ ਤੁਹਾਨੂੰ ਇਹ ਦੇ ਦਾਂਗੇ। ਜਦੋਂ ਹਰਿਆਣੇ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਰਹੀ ਸੀ ਤਾਂ ਪੰਜਾਬ ਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਈ ਅਤੇ ਉਹਨਾਂ ਨੇ ਕਿਹਾ ਜੀ ਇਹ ਤਾਂ ਇੰਟਰਸਟੇਟ ਐਕਟ ਹੈ, ਇਹ ਸਟੇਟ ਕਿਵੇਂ ਬਣਾ ਸਕਦੀ, ਅਸੀਂ ਬਣਾ ਸਕਦੇ। ਸੁਪਰੀਮ ਕੋਰਟ ਨੇ ਕਲੀਅਰ ਕਰਤਾ
ਇਟ ਇਜ਼ ਨੋਟ ਏ ਇੰਟਰ ਸਟੇਟ ਐਕਟ, ਇਟ ਇਜ਼ ਏ ਸਟੇਟ ਐਕਟ। ਹਰਿਆਣਾ ਆਪਣੀ ਬਣਾ ਸਕਦਾ, ਦਿੱਲੀ ਦੀ ਆਪਣੀ ਹੈਗੀ ਹੈ ਪਹਿਲੀ, ਪੰਜਾਬ ਆਪਣੀ ਬਣਾ, ਸਟੇਟ ਐਕਟ ਹੈ ਜੀ ਇਹ। ਜੇ ਧਾਮੀ ਸਾਹਿਬ ਸੁਣਦੇ ਹੋਣ ਤਾਂ ਸਟੇਟ ਐਕਟ ਹੈ ਸਰ ਇਹ, ਤੁਸੀਂ ਵਕੀਲ ਹੋ। ਮੈਂ ਹੈਰਾਨੀ ਹੈ, ਮੈਨੂੰ ਅੱਜ ਸਵੇਰ ਦੇ ਲੱਗੇ ਪਏ ਨੇ ਕੇਂਦਰੀ ਐਕਟ ਹੈ ਨਾ, ਨਾ ਕੇਂਦਰ ਫੈਸਲਾ ਲਵੇ, ਨਾਲੇ ਤਾਂ ਕਹਿੰਦੇ ਅਨੰਦਪੁਰ ਸਾਹਿਬ ਦੇ ਮਤੇ 'ਚ ਸਾਰੇ ਫੈਸਲੇ ਕਹਿੰਦੇ ਪੰਜਾਬ ਲਵੇ। ਮੈਨੂੰ ਕਹਿੰਦੇ ਰਹਿੰਦੇ ਨੇ ਫੈਸਲੇ ਸਾਰੇ ਦਿੱਲੀ ਤੋਂ ਆਉਂਦੇ ਨੇ, ਹੁਣ ਕਹਿੰਦੇ ਨੇ ਇਹ ਦਿੱਲੀ ਫੈਸਲਾ ਲਵੇ, ਇੱਥੇ ਨਾ ਕਰੋ। ਜਿੱਦੇ ਤਾਂ ਇਹਨਾਂ ਨੂੰ ਫਾਇਦਾ ਹੁੰਦਾ ਹੋਵੇ ਉਹਦੇ ਦਿੱਲੀ ਫੈਸਲਾ ਕਰ ਲਏ, ਜਿੱਦੇ ਇਹਨਾਂ ਨੂੰ ਕੋਈ ਨੁਕਸਾਨ ਹੁੰਦਾ ਹੋਵੇ ਉਹਦੇ ਭਗਵੰਤ ਮਾਨ ਮਾੜਾ ਹੋ ਗਿਆ। ਸੋ ਉਸ ਐਕਟ ਦੇ ਮੁਤਾਬਕ ਅਸੀਂ ਕਲੀਅਰ ਲਿਖਿਆ, ਮੈਂ ਪੜ੍ਹ ਕੇ ਸੁਣਾ ਦਿੰਦਾ ਤੁਹਾਨੂੰ, ਦੇ ਦਾਂਗੇ। ਦ ਐਪੈਕਸ ਕੋਰਟ ਵਿੱਚ ਔਨ ਸਪਟੈਂਬਰ 20th ਹੈਡ ਅਪਹੈਲਡ ਦ ਵੈਲਿਡਿਟੀ ਆਫ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਡਿਸਮਿਸਿੰਗ ਦ ਪਟੀਸ਼ਨ ਫਾਈਲਡ ਬਾਈ ਦ SGPC ਹੈਲਡ ਦੈਟ ਗੁਰਦੁਆਰਾ ਐਕਟ 1925 ਬਾਅਦ ਓਰਿਜਨਲੀ ਐਨ ਇੰਟਰਸਟੇਟ ਲੈਜਿਸਲੇਸ਼ਨ ਇੰਟੈਕਟਡ ਬਾਈ ਦ ਸਟੇਟ ਲੈਜਿਸਲੇਚਰ ਐਂਡ ਸਬਸੀਕੁਐਂਟਲੀ ਬਿਕਮ ਐਨ ਇੰਟਰਸਟੇਟ ਬਾਡੀ ਓਨਲੀ ਬਾਈ ਦ ਵਰਚੂ ਆਫ ਦ ਪੰਜਾਬ ਰੀਓਰਗੇਨਾਈਜੇਸ਼ਨ ਐਕਟ 1966। ਸੋ ਹੁਣ ਕੀ ਕਹਿੰਦੇ ਆ, ਦੇਅਰਫੋਰ ਦ ਸਟੇਟ ਵੁੱਡ ਹੈਵ ਪਾਵਰ ਦ ਟੂ ਲੈਜਿਸਲੇਟ ਬੋਥ ਅੰਡਰ ਐਂਟਰੀ 28 ਆਫ ਦ ਕੋਨਕਰੰਟ ਲਿਸਟ ਆਫ ਐਂਟਰੀ 32 ਆਫ ਦ ਸਟੇਟ ਲਿਸਟ ਇਨ ਦ 7th ਸ਼ਡਿਊਲ ਆਫ ਦ ਕੰਸਟੀਟਿਊਸ਼ਨ ਫੋਰ ਦ ਰੀਜ਼ਨ ਦੈਟ 1925 ਐਕਟ ਇਜ਼ ਨੋਟ ਐਨ ਇੰਟਰ ਸਟੇਟ ਬਾਡੀ ਕੋਪਰੇਟ ਇਨ ਰਿਸਪੈਕਟ ਆਫ ਵਿੱਚ ਦ ਪਾਰਲੀਮੈਂਟ ਇਨਕੋਪਰੇਟਡ ਸੱਚ ਬੋਰਡ ਦ ਪੈਕਸ ਕੋਰਟ ਹੈਲਡ। ਪੰਜਾਬੀ ਕਰਕੇ ਦੱਸ ਦਿੰਦੇ ਇਹਨਾਂ ਨੂੰ, ਕਿਉਂਕਿ ਕਈ ਵਾਰੀ ਚਲੋ ਕੋਈ ਗੱਲ ਨਹੀਂ। ਇਹ 'ਚ ਕੀ ਕਹਿ ਕੇ 2014 ਹਰਿਆਣਾ ਸਿੱਖ ਗੁਰਦੁਆਰਾ ਐਕਟ ਦੇ ਅਗੇਂਸਟ ਗਏ ਸੀ 2014 'ਚ 20 ਸਤੰਬਰ ਨੂੰ, SGPC ਦੀ ਫਾਈਲ ਸੁਪਰੀਮ ਕੋਰਟ ਨੇ ਡਿਸਮਿਸ ਕਰਤੀ ਸੀ ਕਿ 1925 ਦਾ ਐਕਟ ਜਿਹੜਾ ਉਹ ਇੰਟਰਸਟੇਟ ਨਹੀਂ ਹੈਗਾ, ਕਿ ਉਹਦੇ 'ਚ ਪਾਰਲੀਮੈਂਟ ਵੀ ਨਹੀਂ ਆ ਸਕਦੀ। ਇਹ ਕੱਲ੍ਹ ਦੇ ਲੱਗੇ ਆ, ਸੰਸਦ ਕਰ ਸਕਦੀ ਹੈ, ਸੰਸਦ ਕਿੱਥੋਂ ਕਰ ਸਕਦੀ ਸੰਸਦ। ਸੋ ਇਸ ਕਰਕੇ ਇਹਦੇ ਵਿੱਚ ਐਂਟਰੀ 28 ਅਤੇ ਐਂਟਰੀ 32 ਦੇ ਅਧੀਨ ਸਟੇਟ ਜਿਹੜਾ ਉਹ ਪਾਵਰ ਰੱਖਦਾ ਕਿ ਉਹ ਕੋਈ ਵੀ ਸੋਧ ਕਰ ਸਕਦਾ। ਮੈਂ ਸੋਧ ਵੀ ਨਹੀਂ ਕਰ ਰਿਹਾ, ਪਹਿਲੀ ਗੱਲ ਮੈਂ ਅੱਜ ਧਿਆਨ ਨਾਲ ਸੁਣ ਲਿਓ ਗੱਲ, ਨਾ ਤਾਂ ਮੈਂ ਕੋਈ ਸੋਧ ਕਰ ਰਿਹਾ ਚ, ਨਾ ਹੀ ਮੈਂ ਉਹਦੇ ਅਧਿਕਾਰ ਪ੍ਰਸਾਰਨ ਦੇ ਕਿਸੇ ਗੌਰਮੈਂਟ ਦੇ ਅਦਾਰੇ ਨੂੰ ਦਵਾ ਰਿਹਾ, ਨਾ ਹੀ ਮੇਰਾ ਕੋਈ ਆਪਣੀ ਭੂਆ ਦਾ ਮੁੰਡਾ ਹੈ, ਨਾ ਹੀ ਮੇਰੇ ਕਿਸੇ ਰਿਸ਼ਤੇਦਾਰ ਦਾ ਚੈਨਲ ਹੈ ਵੀ ਇਹਨੂੰ ਦੇ ਦਿਓ। ਮੈਂ ਤਾਂ ਗੁਰਬਾਣੀ ਦੇ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਸਾਰਾ ਅਸਮਾਨ ਖੋਲ੍ਹਣ ਦਾ ਹੱਕਦਾਰ ਹਾਂ। ਮੈਂ ਗੁਹਾਟੀ ਜਾਵਾਂ, ਤੁਸੀਂ ਹੈਦਰਾਬਾਦ ਜਾਓ, ਕਿਤੇ ਅਹਿਮਦਾਬਾਦ ਜਾਓ, ਉੱਥੇ ਹੋਟਲ 'ਚ ਰਹੋ, ਹੋਟਲ ਦੇ ਵਿੱਚ PTC ਨਹੀਂ ਚੱਲਦਾ, ਇਹਦਾ ਮਤਲਬ ਤੁਸੀਂ ਗੁਰਬਾਣੀ ਤੋਂ ਵੰਚਿਤ ਰਹਿ ਗਏ। ਨਾਲੇ PTC ਨੂੰ ਕੀ ਪ੍ਰੋਬਲਮ ਹੈ, ਉਹਨਾਂ ਨੂੰ ਤਾਂ ਫਾਇਦਾ ਹੀ ਹੈ, ਜਿਹੜੀ ਚੀਜ਼ ਪਹਿਲਾਂ ਟੈਂਡਰ ਪਾ ਕੇ ਜਾਂ ਪੈਸੇ ਲੈ ਕੇ ਖਰੀਦਦੇ ਸੀ ਰਾਈਟਸ ਫ੍ਰੀ ਮਿਲਣਗੇ, ਉਹ PTC ਵੀ ਕਰੇ ਨਾ, ਅਸੀਂ ਕਿਹੜੇ 'ਚ ਬੈਨ ਕਰਤਾ ਵੀ PTC ਨਹੀਂ ਦਿਖਾ ਸਕਦਾ, ਦਿਖਾਵੇ PTC ਵੀ।
ਪਰ ਸਾਰੇ ਦਿਖਾਉਣ ਬਰਾਬਰ ਨਾਲ। ਮੈਨੂੰ ਸਮਝ ਨਹੀਂ ਆਉਂਦੀ, ਜਿਵੇਂ ਇੱਕ ਸ਼ਹੀਦਾਂ ਦੀ ਯਾਦਗਾਰ ਦੇ ਵਿੱਚ ਲੱਗੇ ਹੋਏ ਕਰੋੜਾਂ ਰੁਪਈਆਂ ਦਾ ਹਿਸਾਬ ਮੰਗਦਾ ਤਾਂ ਕਹਿੰਦੇ ਮੀਡੀਆ 'ਤੇ ਹਮਲਾ ਜੀ, ਮੀਡੀਆ 'ਤੇ ਹਮਲਾ ਜੀ, ਪ੍ਰੈਸ 'ਤੇ ਹਮਲਾ ਜੀ, ਪ੍ਰੈਸ ਦੀ ਆਜ਼ਾਦੀ 'ਤੇ ਹਮਲਾ। ਮੈਂ ਉਹ 'ਚ ਪ੍ਰੈਸ ਕਦੋਂ ਵਰਤਿਆ ਜੀ? ਮੈਂ ਕਦੋਂ ਉਹ ਅਖਬਾਰ ਛਪਣੋਂ ਹਟਾਤਾ? ਅੱਛਾ, ਉਹ ਅਖਬਾਰ ਵਾਲੇ ਕੋਰਟ ਚਲੇ ਗਏ, ਕੋਰਟ ਨੇ ਕਹਿਤਾ ਵੀ ਜਿੱਦੇ ਬੁਲਾਉਣਗੇ ਵਿਜੀਲੈਂਸ ਵਾਲੇ ਆ ਜਾਓ। ਉਹਨੇ ਪਰਸੋਂ ਬੁਲਾਏ ਸੀ, ਕੱਲ੍ਹ ਪਰਸੋਂ ਆਏ ਨਹੀਂ, ਅੱਜ ਰੋਸ ਪ੍ਰਦਰਸ਼ਨ ਕਰਦੇ ਫਿਰਦੇ ਆ। ਇਹਦਾ ਮਤਲਬ ਬਿਮਾਰ ਤਾਂ ਹੈ ਨਹੀਂ ਉਹ, ਇਹਦਾ ਮਤਲਬ ਹਜੇ ਤੱਕ ਕਿਸੇ ਦੇ ਬੁਲਾਏ 'ਤੇ ਗਏ ਨਹੀਂ, ਇਹ ਹੰਕਾਰ ਟੁੱਟੂਗਾ। ਜੇ ਮੈਂ ਇਹ ਕਹਾਂ ਕਿ ਗੁਰਬਾਣੀ ਪੂਰੀ ਦੁਨੀਆ 'ਚ ਫੈਲਣੀ ਚਾਹੀਦੀ ਹੈ, ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ, ਕਹਿੰਦੇ ਪੰਥ 'ਤੇ ਹਮਲਾ, ਪੰਥ 'ਤੇ ਹਮਲਾ, ਇਹ PTC ਪੰਥ ਹੋ ਗਿਆ ਜੀ? ਪ੍ਰਕਾਸ਼ ਟੈਲੀਵਿਜ਼ਨ ਕਾਰਪੋਰੇਸ਼ਨ ਪੰਥ ਹੈ ਇਹ? ਬਾਕੀ ਸਾਰੀ ਨਹੀਂ। ਅੱਛਾ, ਸੁਖਬੀਰ ਬਾਦਲ ਕਿਹੜੇ ਬਿਹਾਫ 'ਤੇ ਵਿਰੋਧ ਕਰ ਰਿਹਾ? ਐਜ਼ ਏ ਪ੍ਰੈਜੀਡੈਂਟ ਆਫ ਸ਼੍ਰੋਮਣੀ ਅਕਾਲੀ ਦਲ ਜਾਂ PTC ਦੇ ਮਾਲਕ ਦੇ ਤੌਰ 'ਤੇ ਵਿਰੋਧ ਕਰ ਰਿਹਾ? ਇਹ ਵੀ ਕਲੀਅਰ ਕਰੇ ਸੁਖਬੀਰ ਬਾਦਲ। ਯੂਰਪ 'ਚ ਬੈਠਾ, ਕਿਤੇ ਬੈਠਾ, ਪਤਾ ਨਹੀਂ ਕਿੱਥੇ ਗਿਆ ਹੋਇਆ। ਸੋ ਅਸੀਂ ਕੀ ਕਰ ਰਹੇ ਹਾਂ? ਅਸੀਂ ਜਿਹੜਾ ਹੁਣ ਲੈ ਕੇ ਆ ਰਹੇ ਹਾਂ ਉਹਦੇ 'ਚ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ। ਹਾਂਜੀ, ਮੇਰੇ ਕੋਲ ਹੈ ਇਹ ਚੀਫ ਸੈਕਟਰੀ ਸਾਹਿਬ, ਆਪ ਜਿਹੜਾ ਹੈ ਤਾਂ ਪਹਿਲਾਂ ਪੜ੍ਹ ਕੇ ਸੁਣਾ ਦਿਓ। ਆ ਜਿਹੜਾ ਇਹਦੇ ਵਿੱਚ ਜੋ ਹੁਣ ਗੱਲ ਮਾਨਯੋਗ ਸੁਪਰੀਮ ਕੋਰਟ ਵੱਲੋਂ ਫੈਸਲਾ ਕੀਤਾ ਗਿਆ, ਉਹਦੇ ਵਿੱਚ ਉਹਨਾਂ ਨੇ ਕਿਹਾ ਪੈਰਾ B ਜਿਹੜਾ ਹੈਗਾ ਐਡੀਟੋਰੀਅਲ ਨੋਟ ਦਾ, ਉਹਨਾਂ ਨੇ ਕਿਹਾ ਕਿ ਕੰਸਟੀਟਿਊਸ਼ਨ ਆਫ ਇੰਡੀਆ 1950 ਸੈਵਨਥ ਸ਼ਡਿਊਲ ਐਂਟਰੀ 44 ਆਫ ਲਿਸਟ 1 ਇਨੈਕਟਮੈਂਟ ਆਫ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਵੈਦਰ ਇਨੈਕਟਮੈਂਟ ਹਰਿਆਣਾ ਐਕਟ ਫਾਲਸ ਵਿਦ ਇਨ ਦੀ ਲੈਜਿਸਲੇਟਿਵ ਕੰਪੀਟੈਂਸ ਆਫ ਹਰਿਆਣਾ ਸਟੇਟ ਲੈਜਿਸਲੇਚਰ ਔਰ ਡਜ਼ ਇਟ ਫਾਲ ਅੰਡਰ ਐਂਟਰੀ 44 ਆਫ ਲਿਸਟ 1 ਆਫ ਸੈਵਨਥ ਸ਼ਡਿਊਲ ਆਫ ਦੀ ਕੰਸਟੀਟਿਊਸ਼ਨ ਹੈਲਡ ਸੁਪਰੀਮ ਕੋਰਟ ਹੈਲਡ 1960 Act that is the reorganization act of Punjab as well as the 1957 act this is for the reorganization of all the states 1957 hoya siga confer power on central government for smooth transition of new states coming into existence as a consequence of the reorganization ida answer deta supreme court wala no provision in 1966 act that is Punjab reorganization act which confers legislative power upon parliament in respect of subjects over which state has legislative competence in terms of list 2 therefore transitional provisions that is 1996 act or 1957 act do not impinge upon legislative competence of state legislature to enact a law on subjects mentioned in the list 2 ji supreme court is saying that the state has the full power competence to enact on the list 2 that is the state list ekko dikhayo 72 wala kitab ji ha ide vich farz assi edda nahi ji assi pure homework karke aaye hain itthe eh hun tak jehde hun pehla aap vich mil ke noora kushti khelde rahe na aa jehda act hai reorganization ਇਹ 72 ਕਲੋਜ਼ ਐਕਟ ਇਹ ਉਹਦੇ ਨਾਂ 'ਤੇ ਕਹਿੰਦੇ ਆ। ਇਹਦੇ ਵਿੱਚ ਇਹ ਲਿਖਿਆ ਹੋਇਆ ਕਿ ਜਿਹੜਾ ਗੁਰਦੁਆਰਾ ਐਕਟ ਹੈ, ਸਿੱਖ ਗੁਰਦੁਆਰਾ 1950 ਐਕਟ ਹੈ, ਉਹ
ਉਹਨਾਂ ਚਿਰ ਸੈਂਟਰ ਕੋਲ ਵੀ ਰਹੂਗਾ ਜਿੰਨਾ ਚਿਰ ਪੰਜਾਬ ਉਹਦੇ ਉਹਨੂੰ ਆਪਣੇ ਲੈਜਿਸਲੇਚਰ ਦੇ ਅੰਡਰ ਨਹੀਂ ਲੈਂਦਾ ਜਾਂ ਕੋਈ ਪੰਜਾਬ ਕਾਨੂੰਨ ਪੰਜਾਬ ਨੇ ਕਾਨੂੰਨ ਬਣਾ ਹੋਵੇ ਦੈਨ ਇਟ ਇਜ਼ ਏ ਸਟੇਟ ਐਕਟ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਹੈਗੀਆਂ ਕਿ ਸਟੇਟ ਐਕਟ ਹੈ ਇਹ ਹੁਣ ਕਿਉਂਕਿ ਉੱਧਰੋਂ ਤਾਂ ਤੋਂ ਦਬਾਅ ਪੈਂਦਾ ਵੀ ਆਹ ਕੀ ਕਰੀ ਜਾਂਦੇ ਹੁਣ ਪਹਿਲਾਂ ਟੈਂਡਰਾਂ ਦੀ ਗੱਲ ਤਾਂ ਮੰਨੇ ਨਾ ਇਹਦਾ ਮਤਲਬ ਟੈਂਡਰ ਪਹਿਲਾਂ ਤਾਂ ਹੁੰਦੇ ਨਹੀਂ ਸੀ ਟੈਂਡਰਾਂ 'ਤੇ ਆ ਗਏ ਹੁਣ ਟੈਂਡਰਾਂ ਦੇ ਵਿੱਚ ਵੀ ਕੋਈ ਲੈ ਜਾਊਗਾ ਜੀ ਅਮੀਰ ਬੰਦਾ ਆ ਕੇ ਬੋਲੀ ਲਾਉਣਗੇ ਗੁਰਬਾਣੀ ਦੀ ਜੀ ਗੁਰੂ ਨਾਨਕ ਸਾਹਿਬ ਦੀ ਸੱਚੀ ਗੁਰਬਾਣੀ ਦੀ ਬੋਲੀ ਲਾਉਣਗੇ ਟੈਂਡਰ ਬੁਲਾ ਕੇ 2 ਕਰੋੜ 5 ਕਰੋੜ 8 ਕਰੋੜ 25 50 52 ਅਤੇ ਜਿਹੜਾ ਜ਼ਿਆਦਾ ਅਮੀਰ ਹੋਊਗਾ ਫਿਰ ਲੈ ਜਾਊਗਾ ਉਹ ਫਿਰ ਉਹਦਾ ਚੈਨਲ ਲਵਾਉਂਦੇ ਫਿਰਾਂਗੇ ਘਰਾਂ 'ਚ ਬਈ ਤੁਸੀਂ ਹਰ ਬੰਦੇ ਨੂੰ ਫਰੀ ਟੂ ਏਅਰ ਕਿਉਂ ਨਹੀਂ ਕਹਿੰਦੇ ਹਾਂ ਅਸੀਂ ਸ਼ਰਤਾਂ ਉਹਦੇ ਵਿੱਚ ਜ਼ਰੂਰ ਮੈਨਸ਼ਨ ਕਰਾਂਗੇ ਜਦੋਂ ਕੱਲ੍ਹ ਨੂੰ ਪੂਰਾ ਅਸੀਂ ਲੈ ਕੇ ਆਵਾਂਗੇ ਐਕਟ ਕਿ ਅੱਧਾ ਘੰਟਾ ਪਹਿਲਾਂ ਅੱਧਾ ਘੰਟਾ ਬਾਅਦ 'ਚ ਪ੍ਰਸਾਰਣ ਤੋਂ ਲਾਈਵ ਪ੍ਰਸਾਰਣ ਤੋਂ ਕੋਈ ਕਮਰਸ਼ੀਅਲ ਐਡ ਨਹੀਂ ਆਉਣੀ ਚਾਹੀਦੀ ਸਕਰੀਨ 'ਤੇ ਕੋਈ ਰਨਿੰਗ ਕਮਰਸ਼ੀਅਲ ਨਹੀਂ ਚੱਲਣਾ ਚਾਹੀਦਾ ਇਹ ਬਕਾਇਦਾ ਸੀ ਮੇਕ ਸ਼ੋਰ ਕਰਾਂਗੇ ਜੇ ਕਿਸੇ ਨੇ ਇਸ ਕਾਨੂੰਨ ਨੂੰ ਤੋੜਿਆ ਤਾਂ ਉਹਨੂੰ ਅਸੀਂ ਨਹੀਂ ਫਿਰ ਪ੍ਰਸਾਰਣ ਕਰ ਦੇਵਾਂਗੇ ਚਾਹੇ ਉਹ ਕੋਈ ਯੂਟਿਊਬ ਚੈਨਲ ਹੋਵੇ ਵੈਬ ਚੈਨਲ ਹੋਵੇ ਨਾਲ ਆਡੀਓ ਵੀ ਪਾਇਆ ਸੀ ਰੇਡੀਓ ਹੋਵੇ ਚਾਹੇ ਕਨੇਡਾ ਅਮਰੀਕਾ 'ਚ ਬਹੁਤ ਸਾਰੇ ਰੇਡੀਓ ਚੱਲਦੇ ਨੇ ਟਰੱਕਾਂ ਵਾਲੇ ਦੂਰ ਦੂਰ ਜਾਂਦੇ ਨੇ ਰੇਡੀਓ ਸੁਣਦੇ ਜਾਂਦੇ ਨੇ ਟੈਕਸੀਆਂ ਵਾਲੇ ਰੇਡੀਓ ਸੁਣਦੇ ਨੇ ਅਤੇ ਜੇ ਕਿਸੇ ਟੈਕਸੀ ਵਾਲੇ ਨੇ ਗੁਰਬਾਣੀ ਸਰਵਣ ਕਰਨੀ ਤਾਂ ਆਪਣੇ ਗੱਡੀ 'ਚ ਰੇਡੀਓ ਲਗਾਏ ਉਹ 'ਚ ਲਾਈਵ ਚੱਲਦਾ ਹੋਊਗਾ ਅਤੇ ਉਹ ਨਾਲ ਗੱਡੀ ਚਲਾ ਲਏ ਨਾਲ ਆਪਣਾ ਗੁਰਬਾਣੀ ਸਰਵਣ ਕਰ ਲਏ ਇਹ 'ਚ ਕੀ ਮਾੜੀ ਗੱਲ ਹੈ ਜੀ ਮੈਂ ਇਹਦੇ 'ਚ ਕੀ ਮਤਲਬ ਹਮਲਾ ਕਰਤਾ ਜੀ ਜਿਵੇਂ ਸੁਖਬੀਰ ਕਹਿੰਦੇ ਤਾਂ ਹਮਲਾ ਕਰਤਾ ਗਾ ਤੁਸੀਂ ਸਿੱਖੀ 'ਤੇ ਉਹ ਜਨਾਬ ਜੀ ਤੁਸੀਂ ਠੇਕੇਦਾਰ ਬਣੇ ਬੈਠੇ ਹੋ ਧਰਮ ਦੇ ਇੰਨੇ ਸਾਲਾਂ ਤੋਂ ਹੈ ਚੱਕ ਕੇ ਤੁਸੀਂ ਕਦੇ ਕਿਸੇ ਜਥੇਦਾਰ ਨੂੰ ਲਾ ਦਿੰਦੇ ਹੋ ਕੋਈ ਕਿਸੇ ਨੂੰ ਲਾ ਦਿੰਦੇ ਹੋ ਆਪਦੀ ਮਰਜ਼ੀ ਮੁਤਾਬਕ ਅਤੇ ਉਹ ਹਮਲੇ ਨਹੀਂ ਹੈਗੇ ਸਭ ਤੋਂ ਵੱਧ ਡੈਮੇਜ ਤਾਂ ਇਹਨਾਂ ਨੇ ਕੀਤਾ ਸੋ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਅਸੀਂ ਅਧਿਕਾਰ ਦੇ ਰਹੇ ਹਾਂ ਇਹ ਗੱਲ ਉਹਨਾਂ ਨੂੰ ਪਹਿਲਾਂ ਹੀ ਲੱਗ ਗਏ ਬੋਲਣ ਅੱਜ ਪੁੱਛਿਆ ਤਾਂ ਹੈ ਨਹੀਂ ਅੰਗਰੇਜ਼ੀ ਦੀ ਕਹਾਵਤ ਹੈ ਲਿਟਲ ਨੌਲੇਜ ਇਜ਼ ਟੂ ਡੇਂਜਰਸ ਘੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ ਆਹ ਜਿਹੜਾ ਅਸੀਂ ਲੈ ਕੇ ਆ ਰਹੇ ਹਾਂ ਕੱਲ੍ਹ ਦਿਸ ਐਕਟ ਮੇ ਬੀ ਕਾਲਡ ਦ ਸਿੱਖ ਗੁਰਦੁਆਰਾ ਅਮੈਂਡਮੈਂਟ ਐਕਟ 2023 ਇਟ ਸ਼ੈਲ ਕਮ ਇਨ ਟੂ ਫੋਰਸ ਔਨ ਐਂਡ ਵਿਦ ਇਫੈਕਟ ਫਰੋਮ ਦ ਡੇਟ ਆਫ ਇਟਸ ਪਬਲੀਕੇਸ਼ਨ ਇਨ ਦ ਆਫੀਸ਼ਲ ਗੈਜ਼ਟ ਦ ਸਟੇਟ ਆਫ ਪੰਜਾਬ ਹੇਅਰ ਬਾਏ ਅਡੋਪਟਸ ਐਂਡ ਇੰਟੈਕਟ ਦ ਸਿੱਖ ਗੁਰਦੁਆਰਾ ਐਕਟ 1925 ਐਕਟ ਆਫ 8th of 1925 with all amendments carried out in it till date the Sikh Gurdwara Act 1925 as adopted and intact by the state legislature after section 125 the following section shall be inserted namely 125-A live telecast of Gurbani free of cost ਇਹਦਾ ਨਾਮ ਹੋਊਗਾ ਗੁਰਦੁਆਰਾ ਐਕਟ ਦੇ ਵਿੱਚ 125A ਲਾਈਵ ਟੈਲੀਕਾਸਟ ਆਫ ਗੁਰਬਾਣੀ ਫਰੀ ਆਫ ਕੋਸਟ ਇਟ ਸ਼ੈਲ ਬੀ ਦ ਡਿਊਟੀ ਆਫ ਦ ਬੋਰਡ ਟੂ ਪ੍ਰੋਪੇਗੇਟ ਬੋਰਡ ਮੀਨਸ SGPC ਇਟ ਸ਼ੈਲ ਬੀ ਦ ਡਿਊਟੀ ਆਫ ਦ ਬੋਰਡ ਟੂ ਪ੍ਰੋਪੇਗੇਟ ਦ ਟੀਚਿੰਗਸ ਆਫ ਦ ਗੁਰੂਜ਼ ਬਾਈ ਮੇਕਿੰਗ ਅਨ ਇੰਟਰਪਟਡ
ਬ੍ਰੈਕਟ ਲਿਖਿਆ ਵਿਦਆਊਟ ਐਨੀ ਔਨ ਸਕੀਨ ਰਨਿੰਗ ਐਡਵਰਟਾਈਜ਼ਮੈਂਟ ਕਮਰਸ਼ੀਅਲਸ ਡਿਸਟੋਰਸ਼ਨ ਲਾਈਵ ਫੀਡ ਆਡੀਓ ਔਰ ਆਡੀਓ ਐਜ ਵੈਲ ਐਜ ਵੀਡੀਓ ਆਫ ਹੋਲੀ ਗੁਰਬਾਣੀ ਫਰੋਮ ਸ਼੍ਰੀ ਹਰਿਮੰਦਰ ਸਾਹਿਬ ਅਵੇਲੇਬਲ ਫਰੀ ਆਫ ਕੋਸਟ ਟੂ ਆਲ ਮੀਡੀਆ ਹਾਊਸਿਸ ਆਊਟਲੈਟਸ ਪਲੈਟਫਾਰਮਸ ਚੈਨਲਸ ਐਕਸੈਟਰਾ ਹੂ ਐਵਰ ਵਿਸ਼ ਟੂ ਬ੍ਰੋਡਕਾਸਟ ਇਟ ਆ ਲਿਆ ਜੀ ਹੁਣ ਇਹਦੀ ਪੰਜਾਬੀ ਸੁਣਾ ਦਿੰਦੇ ਜੀ ਕਿਉਂਕਿ ਇਹ ਹੈਗਾ ਜੀ ਇਹਦੇ ਵਿੱਚ ਇਹ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਗੁਰੂ ਸਾਹਿਬਾਨ ਅਤੇ ਸੰਤਾਂ ਦੀ ਬਾਣੀ ਦਰਜ ਹੈ ਅਧਿਆਤਮਿਕਤਾ ਦਇਆ ਮਾਨਵਤਾ ਅਤੇ ਪ੍ਰੇਮ ਭਾਵ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੂਲ ਸਿਧਾਂਤ ਹਨ ਸਮੁੱਚੀ ਮਾਨਵਤਾ ਦੇ ਦਿਲਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਖਾਸ ਆਦਰ ਸਤਿਕਾਰ ਹੈ ਹਰ ਵਰਗ ਦੇ ਲੋਕਾਂ ਵੱਲੋਂ ਅਧਿਆਤਮਿਕ ਸੇਧ ਲਈ ਗੁਰਬਾਣੀ ਪੜ੍ਹੀ ਸੁਣੀ ਜਾਂਦੀ ਹੈ ਇਸ ਲਈ ਜ਼ਰੂਰੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਕੀਨੀ ਬਣਾਏ ਕਿ ਗੁਰਬਾਣੀ ਸਮੁੱਚੀ ਮਾਨਵਤਾ ਨੂੰ ਮੁਫਤ ਉਪਲਬਧ ਹੋਵੇ ਅਤੇ ਗੁਰਬਾਣੀ ਦੇ ਪ੍ਰਸਾਰ ਨੂੰ ਕਿਸੇ ਵੀ ਤਰੀਕੇ ਨਾਲ ਵਪਾਰੀਕਰਨ ਜਾਂ ਕਮਰਸ਼ਲਾਈਜ਼ ਨਾ ਕੀਤਾ ਜਾਵੇ ਧਿਆਨ ਵਿੱਚ ਆਇਆ ਹੈ ਕਿ ਪਿਛਲੇ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਜੀ ਨੈਕਸਟ ਮੀਡੀਆ ਪ੍ਰਾਈਵੇਟ ਲਿਮਿਟਡ ਨਾਮ ਦੀ ਇੱਕ ਪ੍ਰਾਈਵੇਟ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਸੀ ਜਿਸ ਅਨੁਸਾਰ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਕਰਨ ਦੇ ਹੱਕ ਇੱਕ ਕੰਪਨੀ ਨੂੰ ਵੇਚ ਦਿੱਤੇ ਗਏ ਇਸ ਤਰ੍ਹਾਂ ਗੁਰਬਾਣੀ ਦੇ ਪ੍ਰਸਾਰਣ ਦਾ ਵਪਾਰੀਕਰਨ ਕਰ ਦਿੱਤਾ ਗਿਆ ਅਤੇ ਜਨਤਾ ਲਈ ਇਹ ਪ੍ਰਸਾਰਣ ਮੁਫਤ ਵਿੱਚ ਉਪਲਬਧ ਨਹੀਂ ਹੈ ਉਸ ਤੋਂ ਬਾਅਦ ਇਹ ਜਿਹੜਾ ਸਾਰਾ ਐਕਟ ਹੈ ਜੀ ਅਤੇ ਉਹ ਐਕਟ ਇਹ ਕਹਿੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਯਕੀਨੀ ਬਣਾਵੇ ਕਿ ਆਡੀਓ ਅਤੇ ਵੀਡੀਓ ਜਿਹੜਾ ਗੁਰਬਾਣੀ ਦੀ ਫੀਡ ਹੈ ਲਾਈਵ ਫੀਡ ਹੈ ਫਰੀ ਟੂ ਏਅਰ ਵੀ ਹੋਵੇ ਫਰੀ ਆਫ ਕੋਸਟ ਵੀ ਹੋਵੇ ਟੂ ਆਲ ਹਾਊਸਿਸ ਆਲ ਮੀਡੀਆ ਪਲੈਟਫਾਰਮਸ ਡਿਜੀਟਲ ਹੋਣ ਚਾਹੇ ਜੋ ਮਰਜ਼ੀ ਹੋਣ ਅਤੇ ਤਾਂ ਕਿ ਅਸੀਂ ਜੋ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਹੈ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਨਿਭਾਉਣ ਨਾ ਕਿ ਆਪਣੀਆਂ ਸੇਵਾਵਾਂ ਕਿਸੇ ਖਾਸ ਪਰਿਵਾਰ ਪ੍ਰਤੀ ਨਿਭਾਉਣ ਜਾਂ ਆਪਣੀ ਵਫਾਦਾਰੀ ਕਿਸੇ ਖਾਸ ਚੈਨਲ ਪ੍ਰਤੀ ਦਿਖਾਉਣ ਇਹ ਸਾਡਾ ਕੱਲ੍ਹ ਨੂੰ ਅਸੀਂ ਵਿਧਾਨ ਸਭਾ ਦੇ ਵਿੱਚ ਲੈ ਕੇ ਆਵਾਂਗੇ ਅਤੇ ਤੁਹਾਡਾ ਕੋਈ ਇਸ ਸੰਬੰਧੀ ਕੋਈ ਸਵਾਲ ਹੈ ਤਾਂ ਪੁੱਛ ਸਕਦੇ ਧੱਕਾ ਨਾ ਲਓ ਵੀ ਮਤਲਬ ਸਾਡਾ ਹੈ ਸਰ ਇਹ ਕਹਿੰਦੇ ਨੇ ਨਹੀਂ ਮਤਲਬ ਇਹ ਧਮਕੀ ਦਿੱਤੀ ਉਹਨਾਂ ਨੇ ਕਿ ਅਸੀਂ ਅੰਦਰ ਕੈਮਰੇ ਨਹੀਂ ਜਾਣ ਦੇਵਾਂਗੇ ਮਤਲਬ ਵੀ ਅਸੀਂ ਕਬਜ਼ਾ ਕਰ ਰੱਖਿਆ ਇੱਥੇ ਮੈਂ ਤਾਂ ਇਹ ਤਾਂ ਕਹਿੰਦਾ ਮਸੰਦਾਂ ਤੋਂ ਪਹਿਲਾਂ ਗੁਰਦੁਆਰੇ ਛਡਾਏ ਸੀ ਹੁਣ ਗੁਰਬਾਣੀ ਛਡਾਉਣੀ ਪੈਣੀ ਹੈ ਜਿਹੜਾ ਜੁਡੀਸ਼ੀਅਲ ਕਮਿਸ਼ਨ ਹੈ ਨਾ ਗੁਰਦੁਆਰਾ ਸਾਹਿਬ ਉਹ ਲਾਗੂ ਕਰਾਊਗਾ ਇਹ ਸਰਕਾਰ ਨੂੰ ਪਤਾ ਹੈ ਕਿ ਕਿਵੇਂ ਲਾਗੂ ਕਰਾਉਣਾ ਇਹ ਤਾਂ ਕਹਿਣਗੇ ਅਸੀਂ ਅੰਦਰ ਨਹੀਂ ਜਾਣ ਦਿੰਦੇ ਉਹ ਤਾਂ ਟਰੰਪ ਵੀ ਕਹਿੰਦਾ ਸੀ ਮੈਂ ਕੁਰਸੀ ਤੋਂ ਲੈਂਦਾ ਨਹੀਂ ਮੈਂ ਹਾਰਿਆ ਨਹੀਂ ਇਹ ਤਾਂ ਜਦੋਂ ਫੈਸਲੇ ਹੋ ਜਾਂਦੇ ਉਦੋਂ ਬਾਅਦ ਤਾਂ ਲਾਗੂ ਕਰਨੇ ਪੈਣਗੇ ਇਹਨਾਂ ਨੂੰ ਮੈਨੂੰ ਇੱਕ ਹੋਰ ਸਮਝ ਨਹੀਂ ਆਉਂਦੀ 2012 ਤੋਂ ਬਾਅਦ ਇਲੈਕਸ਼ਨ ਨਹੀਂ ਹੋਈ ਸ਼੍ਰੋਮਣੀ ਕਮੇਟੀ ਦੀ ਸੰਵਿਧਾਨ ਮੁਤਾਬਕ 5 ਸਾਲਾਂ ਜੇ ਇਲੈਕਸ਼ਨ ਨਾ ਹੋਏ 5 ਸਾਲਾਂ 'ਚ ਤਾਂ ਉਹ ਬੋਡੀ ਜਿਹੜੀ ਹੈ ਗੈਰ ਲੋਕਤੰਤਰਿਕ ਬਣ ਜਾਂਦੀ ਹੈ ਹੁਣ ਇਹ ਕਾਰਜਕਾਰੀ ਸ਼੍ਰੋਮਣੀ ਕਮੇਟੀ ਹੈ ਕੱਲ੍ਹ ਪਰਸੋਂ ਦੇਖੋ ਕਾਰਜਕਾਰੀ ਜਥੇਦਾਰ ਸਾਹਿਬ ਨੂੰ ਇਹ ਕਹਿ ਕੇ ਉਤਾਰ ਦਿੱਤਾ ਗਿਆ ਕਿ ਕਾਰਜਕਾਰੀ ਚੱਲ ਰਿਹਾ ਸੀ ਇਹਦਾ ਅਤੇ ਲਾਇਆ ਕੀ ਨੇ
ਕਾਰਜਕਾਰੀ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਨੇ, ਆਪ ਤਾਂ ਪੱਕੇ ਹੈ ਨਹੀਂ ਉੱਥੇ। ਲੋਕਾਂ ਨੂੰ ਕਹੀ ਜਾਂਦੇ ਤੂੰ ਲੈ ਜਾ ਤੂੰ ਕਾਰਜਕਾਰੀ, ਇੱਥੇ ਤੁਸੀਂ ਵੀ ਤਾਂ ਕਾਰਜਕਾਰੀ ਹੋ ਜੀ, ਇਲੈਕਸ਼ਨਾਂ ਤਾਂ ਹੋਈਆਂ ਹੀ ਨਹੀਂ 11 ਸਾਲ ਤੋਂ। ਨਹੀਂ ਦੇਖੋ, ਇਹ ਇਹ ਜਿਹੜਾ ਅਧਿਕਾਰ ਹੈ ਉਹਦੇ ਬਾਰੇ ਵੀ ਅਸੀਂ ਕਾਨੂੰਨੀ ਰਾਏ ਲੈ ਰਹੇ ਹਾਂ। ਜਿਹੜਾ ਗੁਰਦੁਆਰਾ ਕਮਿਸ਼ਨ ਹੈ ਵੋਟਾਂ ਬਣਾਉਣ ਵਾਸਤੇ, ਮਤਲਬ ਉਹਦੇ ਅਧਿਕਾਰ ਨੇ ਕਿ ਵੋਟਾਂ ਬਣਾਵੇ, ਪਰ ਦੁੱਖ ਨਾਲ ਕਹਿਣਾ ਪੈ ਰਿਹਾ ਸਾਰੋਂ ਸਾਹਿਬ ਨੂੰ ਲਾਇਆ ਸੀਗਾ ਅਤੇ ਉਹਨੂੰ, ਉਹ ਅੱਜ ਤੱਕ ਸਟਾਫ ਨੂੰ ਤਰਸ ਰਹੇ ਨੇ ਕਿ ਸਟਾਫ ਹੀ ਦੇ ਦਿਉ ਸਾਨੂੰ। ਜੇ ਸਟਾਫ ਅਸੀਂ ਦਿੰਦੇ ਹਾਂ ਤਾਂ ਕਹਿਣਗੇ ਧਰਮ 'ਚ ਦਖਲ ਦਿੰਦੇ ਨੇ, ਆਪ ਦੇਣਾ ਨਹੀਂ ਕੁਛ। ਸੋ ਇਹ ਇਹਨਾਂ ਨੇ ਬੜੇ ਨੈਕਸਸ ਬਣਾਇਆ ਹੋਇਆ ਸੀ, ਬੜੇ ਖਤਰਨਾਕ ਤਰੀਕੇ ਨਾਲ ਇਹਨਾਂ ਨੇ ਉਹ ਜਿਹੜਾ ਕਬਜ਼ਾ ਕੀਤਾ ਹੋਇਆ ਸੀ। ਇਸੇ ਕਰਕੇ ਜਦੋਂ ਕੋਈ ਹੋਰ ਬਣਾਉਂਦਾ ਕੋਈ ਕਮੇਟੀ ਉਹਦੀ ਪੈ ਜਾਂਦੇ ਨੇ ਨਾ ਨਾ ਨਾ, ਕਿਉਂਕਿ ਕਿਉਂਕਿ ਪੈਸਾ ਜੁੜਿਆ ਹੋਇਆ, ਮਾਇਆ ਜੁੜੀ ਹੋਈ ਹੈ ਨਾਲ। ਸੋ ਇਸ ਕਰਕੇ ਇਹ ਇਹਨਾਂ ਦੇ ਆਕਾ ਇਹ ਕਰਾਉਂਦੇ ਨੇ, ਨਹੀਂ ਇਹਨਾਂ ਦੇ ਕੀ ਮਜ਼ਾਕ ਲੈ ਕੇ ਕਹਿ ਦੇਣ ਕਿ ਅਸੀਂ ਚੈਨਲ ਨੂੰ ਜਿਹੜੇ ਨੂੰ ਕਿਸੇ ਹੋਰ ਨੂੰ। ਅੱਛਾ ਮੈਨੂੰ ਇਹ ਦੱਸੋ, ਤੁਸੀਂ ਸਾਰੇ ਚੈਨਲ ਵਾਲੇ ਬੈਠੇ ਹੋ, ਮੈਂ ਕਿਸੇ ਚੈਨਲ ਨੂੰ ਰੋਕ ਰਿਹਾ ਜਾਂ ਕਿਸੇ ਖਾਸ ਨੂੰ ਇਹ ਦਵਾ ਰਿਹਾ ਰਾਈਟਸ? ਉਹ ਰੋਂਦੇ ਨੇ ਕਿ ਉਹ ਉਸ ਚੈਨਲ ਤੋਂ ਕਿਉਂ ਖੋ ਰਹੇ ਹੋ ਜਿਹੜਾ ਸਾਡੇ ਮਾਲਕਾਂ ਦਾ ਹੈ, ਜਦਕਿ ਮੈਂ ਉਸ ਚੈਨਲ ਨੂੰ ਵੀ ਨਹੀਂ ਰੋਕ ਰਿਹਾ। ਉਹ ਵੀ ਪ੍ਰਸਾਰਣ ਕਰੇ ਲਾਈਵ, ਸਿੱਧਾ ਪ੍ਰਸਾਰਣ ਜਿਹੜੇ ਟਾਈਮ 'ਤੇ ਪਹਿਲਾਂ ਕਰਦੇ ਨੇ ਉਸ ਟਾਈਮ 'ਤੇ ਪਹਿਲਾਂ ਬਾਅਦ 'ਚ ਕਰਦੇ ਰਹਿਣ, TRP ਉਹਨਾਂ ਦੀ ਸੇਮ ਰਹੂਗੀ, ਉਹਨਾਂ ਨੂੰ ਕੀ ਪ੍ਰੋਬਲਮ ਹੈ? ਪਰ ਬਾਕੀ ਤਾਂ ਆ ਜੇ ਨਾ, ਉਹੀ ਦੁੱਖ ਇਹ ਹੈ ਕਿ ਸਾਡੇ ਕੋਲ ਇਕੱਲਿਆਂ ਕੋਲ ਰਹੇ। ਐਕਸਕਲੂਸਿਵ ਰਾਈਟਸ ਬੋਲਦੇ ਨੇ, ਇੰਟਲੈਕਚੁਅਲ ਪ੍ਰੋਪਰਟੀ ਰਾਈਟ ਕਹਿੰਦੇ ਨੇ। ਮੈਂ ਤਾਂ ਦਾਨ ਕਰਾਂਗੇ ਜੀ, ਅੱਗੇ ਇਹਦਾ ਸਾਰਾ ਪ੍ਰਬੰਧ ਕਰਨਾ, ਇਸ ਐਕਟ ਦੇ ਵਿੱਚ ਵੀ ਲਿਖਿਆ ਕਿ ਇਹ ਸਾਰਾ ਪ੍ਰਬੰਧ ਕਰਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਹੈ ਲਾਗੂ ਕਰਾਉਣਾ। ਅਸੀਂ ਤਾਂ ਦਾਨ ਕਰ ਸਕਦੇ ਹਾਂ, ਜੇ ਕੋਈ ਸਾਨੂੰ ਕਹਿੰਦੇ ਨੇ ਕਿ ਸਾਨੂੰ ਕੈਮਰੇ ਚਾਹੀਦੇ ਨੇ, ਫਾਈਬਰ ਲੇਟੈਸਟ ਆ ਗਈਆਂ, ਹੁਣ ਤਾਂ ਬਹੁਤ ਪੁਰਾਣੀਆਂ ਪਈਆਂ ਹੋਣੀਆਂ, ਉਹਨਾਂ ਨੇ ਕਿਹੜਾ ਨਵੀਆਂ ਪਾਈਆਂ ਹੋਣੀਆਂ, ਸੋ ਲੇਟੈਸਟ ਕੈਮਰੇ ਆ ਗਏ, ਲੇਟੈਸਟ ਫਾਈਬਰ ਜਿਹੜੀਆਂ ਲੇਟੈਸਟ ਕੇਬਲ ਤਾਰਾਂ ਆ ਗਈਆਂ। ਸੋ ਅਸੀਂ ਕੌਣ ਹੁੰਦੇ ਉੱਥੇ, ਮਤਲਬ ਕੈਮਰੇ ਭੇਜਣ ਵਾਲੇ? ਅਸੀਂ ਤਾਂ ਦਾਨ ਕਰ ਸਕਦੇ ਹਾਂ ਅਤੇ ਗੱਲ ਕਰ ਲਾਂਗੇ ਉਹਨਾਂ ਨਾਲ ਵੀ ਭਾਈ, ਬਾਕੀ ਲੋਕਾਂ 'ਤੇ ਛੱਡ ਦਾਂਗੇ ਭਾਈ ਕਿਵੇਂ ਹੋਣਾ ਚਾਹੀਦਾ। ਦੱਸ ਦਿਓ ਕਿ ਕਿਉਂ ਨਹੀਂ ਇਹ ਫਿਰ ਉਸ ਪਵਿੱਤਰ ਦਰਬਾਰ 'ਚੋਂ ਬਾਣੀ ਨੂੰ ਬਾਹਰ ਆਉਣ ਦਿੰਦੇ ਲੋਕਾਂ ਲਈ ਫਰੀ ਟੂ ਏਅਰ? ਇਹਦਾ ਮਤਲਬ ਉਹ 'ਤੇ ਕਬਜ਼ਾ ਕੀਤਾ ਹੋਇਆ। ਰੂਲ ਤਾਂ ਦੇਖੋ ਨਾ ਜੀ, ਕਿ ਬੋਰਡ ਹੈਵ ਟੂ ਮੇਕ ਸ਼ੋਰ, ਬੋਰਡ ਮੀਨਸ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਾਂ ਉਹ ਪ੍ਰੋਵਾਈਡ ਕਰਾਉਣਾ ਸਾਡੇ ਰੂਲ ਮੁਤਾਬਕ, ਅਤੇ ਇਸ ਰੂਲ ਮੁਤਾਬਕ ਚੱਲਣਗੇ। ਹੁਣ ਕਿੱਥੇ ਜਾਣਗੇ ਫਿਰ? NGO ਕੋਲ ਜਾਂ ਕੋਈ ਕਿਸੇ ਮਤਲਬ UNO ਕੋਲ ਚਲੇ ਜਾਣਗੇ? ਹਟਦੇ ਹੀ ਨਹੀਂ, ਛੱਡਦੇ ਹੀ ਨਹੀਂ ਵੀ ਕਿਸੇ ਨੂੰ, ਕਿਸੇ ਹੋਰ ਨੂੰ ਟੈਲੀਕਾਸਟ ਕਰ ਲੈਣੇ, ਤਾਂ ਗੁਰਬਾਣੀ ਦਾ ਪ੍ਰਸਾਰ ਵਧੂ ਪਈ, ਉਹਦੇ ਨਾਲ ਘਟਣ ਤਾਂ ਨਹੀਂ ਲੱਗਿਆ ਇਸ ਐਕਟ ਨਾਲ ਕਿ ਤਾਂ ਜੀ ਪਤਾ ਨਹੀਂ। ਇਹ ਤਾਂ ਹਰੇਕ ਚੈਨਲ 'ਤੇ ਜਿੱਥੇ ਤੁਸੀਂ ਲਾਇਆ ਕਰੋਗੇ, ਚੈਨਲ 'ਤੇ ਗੁਰਬਾਣੀ ਚੱਲ ਰਿਹਾ ਕਰੂ, ਹੁਕਮਨਾਮਾ ਚੱਲ ਰਿਹਾ ਕਰੂ, ਅਰਦਾਸ ਚੱਲ ਰਿਹਾ ਕਰੂ, ਹਰੇਕ ਬੰਦਾ ਸੁਣ ਸਕਦਾ। ਇਹ ਕਿਉਂ ਇੱਕੋ ਚੈਨਲ ਦੇ ਮਗਰ ਪਏ ਹੋਏ ਨੇ? ਉਹ ਚੈਨਲ ਪੰਥ ਨਹੀਂ ਹੈਗਾ। ਇਦੂ ਵੱਧ ਫਿਰ ਮਾੜੀ ਗੱਲ ਹੋਊਗੀ SBC ਲਈ? ਉਹ ਕਾਹਦੇ ਵਾਸਤੇ ਬਣੇ ਨੇ? ਪ੍ਰਸਾਰ ਵਧਾਉਣ ਵਾਸਤੇ, ਨੋਟ ਬੰਦ ਕਰਨ ਵਾਸਤੇ। ਜੇ ਉਹ ਇੱਕ ਪਰਿਵਾਰ ਵਾਸਤੇ ਐਡਾ ਵੱਡਾ ਸਟੈਪ ਲੈਣਗੇ, ਲੋਕ ਦੱਸਣਗੇ ਫਿਰ। ਮੈਡੀਕਲ ਕਾਲਜ ਨੇ ਕਿ ਉਹ ਵੀ ਫੀਸਾਂ ਬਹੁਤ ਜ਼ਿਆਦਾ ਨੇ,
ਦੇਖੋ ਐਸ ਜੀ ਪੀ ਸੀ ਦਾ ਕੰਮ ਹੈ ਸਿੱਖਿਆ ਪ੍ਰਸਾਰ, ਸਿੱਖੀ ਦਾ ਪ੍ਰਚਾਰ, ਅਤੇ ਜਿਸ ਤਰ੍ਹਾਂ ਤੁਸੀਂ ਕਹਿ ਜਿਹੜਾ ਮੈਡੀਕਲ ਕਾਲਜ ਆ ਉਹਨਾਂ ਦੇ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ, ਸਭ ਤੋਂ ਵੱਧ ਫੀਸਾਂ ਨਹੀਂ ਇਹਦੀ, ਮਤਲਬ ਕੀ ਮਤਲਬ ਉੱਥੇ ਉਹ ਫਿਰ ਉਹਨੂੰ ਕਮਰਸ਼ੀਅਲ ਬਣਾ ਲਿਆ। ਇਹ ਬਾਦਲ ਸਾਹਿਬ ਵੇਲੇ ਉਦੋਂ ਕਰਾਉਂਦੇ ਰਹੇ ਧਰਮ ਦੇ ਨਾਂ 'ਤੇ ਕੰਟਰੋਲ ਰੇਟਾਂ 'ਤੇ, ਬਾਅਦ 'ਚ ਬਣਾ ਲਿਆ ਕਮਰਸ਼ੀਅਲ ਉਹਨੂੰ। ਅਤੇ ਕੋਈ ਗੱਲ ਨਹੀਂ, ਜੋ ਵੀ ਜਿਵੇਂ ਹੁਣ ਅਸੀਂ ਤਾਂ ਜਾਂਚ ਕਰਾਵਾਂਗੇ, ਜੰਗੇ ਆਜ਼ਾਦੀ ਨਾਂ ਦੀ ਇੱਕ ਯਾਦਗਾਰ ਜਿਹੜੀ ਬਣਾਈ, ਉਹ 'ਚ ਕਿਹਦੇ ਕਿਹਨੇ ਪੈਸੇ ਖਾਧੇ, ਉਹ ਚਾਹੇ ਰੋਸ ਪ੍ਰਦਰਸ਼ਨ ਕਰ ਲੈਣ, ਚਾਹੇ ਸਾਰਿਆਂ ਨੂੰ ਮੇਰੇ ਵਿਰੁੱਧ ਇਕੱਠੇ ਕਰ ਲੈਣ, ਠੀਕ ਹੈ ਨਾ। ਤਾਂ ਮੈਂ ਜਾਂਚ ਤੋਂ ਜਿਹਨੇ ਵੀ ਇੱਕ ਰੁਪਈਆ ਵੀ ਪੰਜਾਬ ਦੇ ਪੈਸੇ ਦਾ ਖਾਧਾ, ਸਾਰਾ ਟੱਬਰ ਹੀ ਉਹਦੇ ਵਿੱਚ ਪਾ ਲਿਆ, ਉਹਦੇ ਕਮੇਟੀ 'ਚ, ਸਾਰੀ ਜ਼ਿੰਦਗੀ ਵਾਸਤੇ ਆਪ ਚੇਅਰਮੈਨ ਬਣ ਗਏ ਉਹਦੇ, ਸਾਰੀ ਜ਼ਿੰਦਗੀ ਵਾਸਤੇ। ਕਿਸੇ ਦੀ ਰਿਟਾਇਰਮੈਂਟ ਤਾਂ ਹੁੰਦੀ ਹੈ ਨਾ ਸੈਂਟਰ ਦੀ, ਉਹਦੀ ਈਵਨ ਪ੍ਰਾਈਵੇਟ ਸੈਕਟਰ 'ਚ ਵੀ ਰਿਟਾਇਰਮੈਂਟ ਦੀ ਕੋਈ ਉਮਰ ਹੈ, ਇੱਧਰ ਹੈ ਹੀ ਨਹੀਂ ਸੀ ਚੇਅਰਮੈਨ ਜੀ ਜੰਗ ਆਜ਼ਾਦੀ ਦੀ, ਅਸੀਂ ਰਹਾਂਗੇ ਜੀਵਨ ਚਿਰ ਜ਼ਿੰਦਗੀ ਰਹੂਗੀ। ਸੋ ਮੈਂ ਤਾਂ ਇਹੀ ਕਹੂੰਗਾ ਕਿ ਜਿਤਨੇ ਮਰਜ਼ੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ, ਮਗਰ ਖਿਆਲ ਇਤਨਾ ਰਹੇ ਕਫਨ ਪੇ ਜੇਬ ਨਹੀਂ ਹੋਤੀ। ਸੋ ਕਾਹਦੇ ਵਾਸਤੇ ਪੈਸੇ ਖਾ ਕੇ ਤੁਸੀਂ, ਕੱਲ੍ਹ ਨੂੰ ਜਦੋਂ ਵਿਧਾਨ ਸਭਾ ਚੱਲੂਗੀ ਉਹਦੇ 'ਚ ਬੀ ਐੱਸ ਸੀ ਜਿਹੜੀ ਹੋਊਗੀ, ਪਹਿਲਾਂ ਬਿਜ਼ਨਸ ਐਡਵਾਈਜ਼ਰੀ ਕਮੇਟੀ, ਉਹਦੇ ਵਿੱਚ ਸਾਰਾ ਕੁਝ ਡਿਸਕਸ ਹੋਵੇ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇਂ।